ਬੰਦਾ ਬੰਦਗੀ ਨਾਲ ਬਣੇ, ਕਿਉਂਕਿ ਬੰਦਾ ਹੋ ਕੇ ਜੇ ਰੱਬ ਦੀ ਬੰਦਗੀ ਨਾ ਕੀਤੀ ਤੇਰਾ ਬੰਦਾ ਕਹਾਉਣ ਦਾ ਕੀ ਫਾਇਦਾ। ਸਾਧ ਹੋ ਕੇ ਜੇ ਸਰੀਰ ਨਾ ਸਾਧਿਆ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ। ਕੋਈ ਕਾਸ਼ੀ ਕੋਈ ਕਾਬੇ ਜਾਵੇ, ਕੋਈ ਮੱਕੇ ਕੋਈ ਗੰਗਾ ਨਹਾਵੇ, ਬਾਹਰੋਂ ਰੱਬ ਨੂੰ ਲੱਭਦਾ ਫਿਰਦਾ ਤੇਰੇ ਅੰਦਰ ਹੀ ਬੈਠਾ ਉਹ ਤੈਨੂੰ ਨਜ਼ਰ ਨਾ। ਤੁਸੀਂ ਸਾਰੇ ਜਿੱਥੋਂ ਜਿੱਥੋਂ ਵੀ ਚੱਲ ਕੇ ਆਏ ਹੋ, ਤੁਹਾਡਾ ਇੱਕ ਇੱਕ ਕਦਮ ਆਇਆਂ ਦਾ ਸੱਚੀ ਸਰਕਾਰ ਦੇ ਘਰ ਦੇ ਵਿੱਚ ਪ੍ਰਵਾਨ ਹੋਵੇ। ਸੱਚਾ ਦਾਤਾ ਤੁਹਾਡੇ ਤੇ ਹਮੇਸ਼ਾ ਆਪਣੀ ਮਿਹਰ ਕਰੇ, ਜੀਆਂ ਦੇ ਵਿੱਚ ਕਿਰਪਾ ਰਵੇ। ਜਿਸ ਘਰ ਪੁੱਤ ਨੀ ਉੱਥੇ ਦਾਤਾ ਪੁੱਤ ਬਖਸ਼ੇ, ਜਿਸ ਘਰ ਧੀ ਨੀ ਉੱਥੇ ਦਾਤਾ ਧੀ ਬਖਸ਼ੇ, ਸਭ ਨੂੰ ਰੋਜ਼ੀ ਰੁਜ਼ਗਾਰ ਬਖਸ਼ੇ, ਤਰੱਕੀਆਂ ਬਖਸ਼ੇ, ਤੰਦਰੁਸਤੀਆਂ ਬਖਸ਼ੇ। ਉਹ ਮੇਰਾ ਕਰਨ ਵਾਲਾ ਦਾਤਾ ਤੁਹਾਡੇ ਵਿਗੜੇ ਕੰਮ ਸਵਾਰੇ, ਤੁਹਾਨੂੰ ਸਾਰਿਆਂ ਨੂੰ ਬੰਦਗੀ ਬਖਸ਼ੇ, ਸੇਵਾ ਭਗਤੀ ਬਖਸ਼ੇ ਔਰ ਤੁਹਾਡੀ ਸਾਰਿਆਂ ਦੀ। ਜੇ ਬੀਜ ਕਿੱਕਰ ਦਾ ਬੀਜਿਆ ਹੈ ਨਾ ਤੇ ਕੰਡੇ ਉੱਗਣਗੇ, ਟੁੱਕੇ ਉੱਗਣਗੇ, ਕਦੇ ਕਿੱਕਰਾਂ ਦੇ ਬੀਜ ਬੀਜ ਕੇ ਦਾਖਾ ਨਹੀਂ ਉੱਗੀ। ਜੋ ਦਾਣਾ ਇਨਸਾਨ ਜ਼ਮੀਨ ਤੇ ਬੋਂਦਾ ਹੈ ਨਾ ਉਹੀ ਉੱਗਣਾ ਪੈਂਦਾ। ਇਸ ਕਰਕੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਬਖਸ਼ ਗੁਣਾਂ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ, ਬਖਸ਼ ਗੁਣਾਂ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ। ਇੱਕ ਮਾਂ ਬਾਪ ਹੀ ਹੁੰਦਾ ਬਾਬਾ ਜੀ ਜਿਹਨੂੰ ਆਪਣੀ ਔਲਾਦ ਤੋਂ ਕੋਈ ਲਾਲਚ ਨਹੀਂ ਹੁੰਦੀ। ਨਾ ਸਾਰੇ ਪੁੱਛਦੇ ਨੇ ਕੀ ਕਮਾਉਂਦਾ, ਕੀ ਆ ਤੇਰੇ ਕੋਲ, ਤੇਰੀ ਕਿੰਨੀ ਇਨਕਮ ਹੈ ਮਹੀਨੇ ਦੀ। ਇੱਕ ਮਾਪੇ ਹੁੰਦੇ ਨੇ ਜਿਹੜੇ ਪੁੱਛਦੇ ਨੇ ਪੁੱਤ ਰੋਟੀ ਖਾਈ ਆ। ਮਾਂ ਐਦਾਂ ਦੀ ਡਾਕਟਰ ਹੈ, ਬੱਚੇ ਦਾ ਚਿਹਰਾ ਦੇਖ ਕੇ ਦੱਸ ਦਿੰਦੀ ਹੈ ਕਿ ਮੇਰਾ ਬੱਚਾ ਅੱਜ ਤੰਗ ਆ। ਬੱਚੇ ਦੀਆਂ ਅੱਖਾਂ ਪੜ੍ਹ ਦਿੰਦੀ ਆ ਮਾਂ, ਦੇਖਣ ਸਾਰੀ ਕਹਿ ਦਿੰਦੀ ਆ ਤੂੰ ਅੱਜ ਠੀਕ ਨੀ, ਕੋਈ ਗੱਲ ਹੋਈ। ਨਾਮ ਜਪਿਆ ਕਰੋ ਪਿਆਰਿਓ, ਨਾਮ ਜਪਿਆ। ਔਰ ਭੈਣਾਂ ਨੂੰ ਕਹਿਣਾ ਹਰ ਇੱਕ ਮੇਲੇ ਚ ਜਿੱਥੇ ਵੀ ਦਾਸ, ਜਿਸ ਘਰ ਚ ਪ੍ਰਸ਼ਾਦਾ ਗੁਰੂ ਨਾਨਕ ਦੇ ਨਾਮ ਦਾ ਪੱਕਦਾ ਹੈ, ਐਸੀ ਮਿਹਰ ਕਰਨ ਵਾਲਾ ਉਹਨਾਂ ਦੇ ਤਾਂ ਲੰਗਰ ਦਵਾ ਦਿੰਦਾ। ਕਿਰਪਾ ਕਰ ਉਹਨਾਂ ਦੇ ਤਾਂ ਭੰਡਾਰੇ ਭਰ ਦਿੰਦਾ ਰਹਿਮਤਾਂ ਦੇ ਨਾਲ।
ਕਿਰਪਾ ਕਰਦੇ ਜੀਓ, ਕਿਰਪਾ ਰਵੇ, ਚੜ੍ਹਦੀ ਕਲਾ ਚੜਾਓ, ਸਦਾ ਰਾਜ਼ੀ ਰਹੋ। ਦਾਤੇ ਨੇ ਚਾਹਿਆ ਆਉਂਦੇ ਸਾਲ ਤੁਹਾਡੇ ਫੇਰ ਦਰਸ਼ਨ ਕਰਾਂਗੇ, ਤੁਹਾਡੇ ਦਰਸ਼ਨ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਇਨਸਾਨ ਦੀ ਜ਼ਿੰਦਗੀ ਬਹੁਤ ਛੋਟੀ ਹੈ ਔਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰ ਲੈਂਦਾ। ਇਹ ਉਹਦੀ ਬਖਸ਼ਿਸ਼ ਹੈ, ਉਹਦਾ ਕਰਮ ਹੈ, ਉਹਦੀ ਰਹਿਮਤ ਹੈ। ਕੁੱਲ ਦੁਨੀਆਂ ਦੀ ਖੈਰ ਹੋਵੇ ਵੱਸਦਾ ਇਹਨਾਂ ਫਕੀਰਾਂ ਦਾ ਸ਼ਹਿਰ, ਕੁੱਲ ਦੁਨੀਆਂ ਦੀ ਖੈਰ ਹੋਵੇ ਵੱਸਦਾ ਸਾਈਂ ਦਾ ਸ਼ਹਿਰ ਹੋਵੇ। ਬੱਚੇ ਬਜ਼ੁਰਗ ਮਾਂ ਪਿਓ ਭੈਣ ਭਰਾ ਸਾਰੇ ਵੱਸਦੇ ਰਹਿਣ, ਇਹ ਨਗਰ ਖੇੜੇ ਸਦਾ ਵੱਸਦੇ ਰਹਿਣ, ਇਹ ਮੇਲੇ ਇਹਨਾਂ ਫਕੀਰਾਂ ਦੇ ਵੀਰਾਂ ਦੇ ਸਦਾ ਹੀ ਲੱਗਦੇ। ਜੇ ਕਾਲਾ ਪੱਤਰ ਨੂੰ ਗੱਡੀਗਾ ਬੋਲੋ ਸੱਚੇ ਦਰਬਾਰ ਬੇਨਤੀ ਹੋਵਾ ਲਿਖ ਸਕਦੇ ਕਿ ਬਾਬਾ ਜੀ ਦਮ ਦੇ ਨਾਲ ਬਣਾਉਣੇ ਵਾਲੇ, ਦਮ ਦੇ ਨਾਲ, ਦਮ ਦੇ ਨਾਲ ਦਮਾਮੇ ਵੱਜਦੇ ਤੇ ਦਮਦੀਆਂ ਨੇ ਸਭ ਕਾਰਨ, ਦਮ ਦੇ ਨਾਲ ਦਮਾਮੇ ਵੱਜਦੇ ਤੇ ਦਮਦੀਆਂ ਨੇ ਸਭ ਕਾਰਨ। ਸੱਚੇ ਬੰਦੇ ਨੂੰ ਰੱਬ ਮਿਲੂਗਾ, ਅੰਤ ਝੋਟਿਆਂ ਨੂੰ ਪੈਣੀ ਆ ਮਾਰਾ। ਜੰਮ ਜੰਮ ਮਰੇ ਮਰੇ ਫੇਰ ਜੰਮੇ, ਕਾਹਦਾ ਮਾਣ ਤੇ ਕਾਹਦੀ ਆਕੜ ਕਰਦਾ, ਹਲੇ ਪੈਂਡਾ ਬੜਾ ਲੰਮੇ, ਹਲੇ ਪੈਂਡਾ ਬੜਾ ਲੰਮੇ। ਦਾਤਾ ਭਲੀ ਕਰੇ। ਜ਼ਿੰਦਗੀ ਦੇ ਵਿੱਚ ਨਾ ਇੱਕ ਦੋ ਦੋਸਤ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਤੁਹਾਨੂੰ ਬਣਾਉਣੇ ਚਾਹੀਦੇ ਹੈ, ਇੱਕ ਸ਼ੀਸ਼ੇ ਵਰਗ ਤੇ ਇੱਕ ਪਰਛਾਵੇਂ ਵਰਗ। ਕਿਉਂਕਿ ਜਿਹੜਾ ਸ਼ੀਸ਼ਾ ਹੁੰਦਾ ਉਹ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ। ਉਵੇਂ ਜਿਹੜੇ ਸੱਚੇ ਦੋਸਤ ਹੁੰਦੇ ਨੇ, ਸੱਚੇ ਮਿੱਤਰ ਹੁੰਦੇ ਨੇ, ਉਹ ਕਦੇ ਤੁਹਾਡੇ ਨਾਲ ਧੋਖਾ ਨਹੀਂ ਕਰਦੇ ਔਰ ਪਰਛਾਵੇਂ ਦੀ ਤਰ੍ਹਾਂ ਹਮੇਸ਼ਾ ਤੁਹਾਡੇ ਨਾਲ ਚੱਲਦੇ ਨੇ, ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਹੁੰਦੇ ਆ। ਇੱਦਾਂ ਦੇ ਜਿਹੜੇ ਮਿੱਤਰ ਨੇ ਉਹ ਜ਼ਿੰਦਗੀ 'ਚ ਹੋਣੇ ਬਹੁਤ ਜ਼ਰੂਰੀ ਹੈ। ਕਿ ਦਾਤਾ ਭਲੀ ਕਰੇ।